ਉਹ ਇੱਕ ਫਕੀਰ ਸੀ ਇੱਕ ਉਹ ਫਕੀਰ ਉਹਨੂੰ ਅੰਨਾ ਸੀ ਇੱਕ ਫਕੀਰ ਉਹਨੂੰ ਨਜ਼ਰ ਨਹੀਂ ਸੀ ਆਉਂਦਾ ਅੱਖਾਂ ਤੋਂ ਉਹ ਪੈਸੇ ਮੰਗਣ ਵਾਸਤੇ ਭੀਖ ਮੰਗਣ ਵਾਸਤੇ ਚੁਰਾਹੇ ਦੇ ਵਿੱਚ ਬਹਿ ਗਿਆ ਅਤੇ ਉਹਨੇ ਇੱਕ ਪਲੇਟ ਲਹਾ ਲਈ ਜਿਹਦੇ 'ਤੇ ਲਿਖਿਆ ਸੀ ਕਿ ਮੈਂ ਅੰਨਾ ਵਾਂ ਅਤੇ ਮੇਰੀ ਮਦਦ ਕਰੋ ਲੋਕ ਲੰਘਦੇ ਸਨ ਕਿ ਕੋਈ ਰੁਪਈਆ ਪਾ ਦਿੰਦਾ ਸੀ ਕੋਈ 2 ਰੁਪਏ ਪਾ ਦਿੰਦਾ ਸੀ ਕੋਈ 5 ਰੁਪਏ ਪਾ ਦਿੰਦਾ ਸੀ ਉੱਥੋਂ ਇੱਕ ਬੰਦਾ ਲੰਘਿਆ ਮਲਕ ਰਿਆਜ਼ ਵਰਗਾ ਉਹ ਬੰਦਾ ਸੀ ਜਿਹੜਾ ਜ਼ਹਾਨਤ ਰੱਖਦਾ ਸੀ ਉਹਨੇ ਵੇਖਿਆ ਕਿ ਫਕੀਰ ਵਾਕਈ ਜਿਹੜਾ ਵੀ ਉਹ ਡਿਜ਼ਰਵ ਕਰਦਾ ਹੱਕ ਰੱਖਦਾ ਕਿ ਇਹਨੂੰ ਦਿੱਤਾ ਜਾਏ ਦੀ ਮਦਦ ਕੀਤੀ ਜਾਏ ਉਹਨੇ ਉਹ ਜਿਹੜੀ ਪਲੇਟ ਲਿਖੀ ਪਈ ਸੀ ਕਿ ਮੈਂ ਅੰਨਾ ਵਾਂ ਮੇਰੀ ਮਦਦ ਕਰੋ ਉਹਨੇ ਪੈਸੇ ਪਾਏ ਅਤੇ ਉਹਨੇ ਪਲੇਟ ਫੜੀ ਅਤੇ ਦੂਸਰੇ ਪਾਸੇ ਲਿਖ ਦਿੱਤਾ ਅੱਜ ਦਾ ਦਿਨ ਬਹੁਤ ਖੂਬਸੂਰਤ ਹੈ ਲੇਕਿਨ ਮੈਂ ਇਹਨੂੰ ਵੇਖ ਨਹੀਂ ਸਕਦਾ ਅਤੇ ਤੁਸੀਂ ਖੁਸ਼ਕਿਸਮਤ ਹੋ ਕਿ ਤੁਸੀਂ ਇਹ ਦਿਨ ਵੇਖ ਸਕਦੇ ਹੋ ਇਹ ਲਿਖ ਕੇ ਅਤੇ ਚਲਾ ਗਿਆ ਲੋਕ ਆਉਂਦੇ ਗਏ ਅਤੇ ਲੋਕ ਪਹਿਲੇ ਨਾਲੋਂ ਬਹੁਤੇ ਪੈਸੇ ਦਿੰਦੇ ਗਏ ਬਹੁਤੀ ਮਦਦ ਕਰਦੇ ਗਏ ਲੋਕਾਂ ਨੇ ਵੇਖ ਉਹਨੇ ਫਕੀਰ ਨੇ ਵੇਖਿਆ ਕਿ ਮੇਰਾ ਤਿਕਾਸਾ ਭਰ ਵੀ ਗਿਆ ਉਸ ਬੰਦੇ ਨੇ ਫਕੀਰ ਨੇ ਵੇਖਿਆ ਕਿ ਜਦੋਂ ਫਲਾਣਾ ਬੰਦਾ ਹੈ ਉਹਦੀ ਪੈਰਾਂ ਦੀ ਇਹੋ ਜਿਹੀ ਆਹਟ ਸੀ ਉਹ ਆਇਆ ਸੀ ਅਤੇ ਉਸ ਤੋਂ ਬਾਅਦ ਤਾਂ ਮੇਰਾ ਕਾਸਾ ਭਰ ਗਿਆ ਮੈਨੂੰ ਤਾਂ ਲੋੜ ਹੀ ਨਹੀਂ ਰਹੀ ਰੋਟੀ ਦੀ ਉਹ ਇੰਤਜ਼ਾਰ ਕਰਨ ਲੱਗਾ ਅਗਲੇ ਦਿਨ ਕਿ ਉਹ ਕਦੋਂ ਇੱਥੋਂ ਲੰਘੇ ਜਦੋਂ ਉਹ ਬੰਦਾ ਲੰਘ ਰਿਹਾ ਸੀ ਤਾਂ ਉਹਨੇ ਉਹਨੂੰ ਆਵਾਜ਼ ਦਿੱਤੀ ਕਿ ਇੱਧਰ ਆ ਤੂੰ ਕੀ ਲਿਖਿਆ ਸੀ ਮੇਰੀ ਇਹ ਪਲੇਟ 'ਤੇ ਕਿ ਜਿਹੜਾ ਮੇਰਾ ਗੱਲਾ ਐਡੀ ਛੇਤੀ ਭਰ ਗਿਆ ਉਹਨੇ ਕਿਹਾ ਮੈਂ ਕੁਛ ਵੱਖਰਾ ਨਹੀਂ ਲਿਖਿਆ ਜੋ ਉਹਦੇ 'ਤੇ ਲਿਖਿਆ ਸੀ ਮੈਂ ਸਿਰਫ ਉਹਨੂੰ ਹੀ ਇੱਕ ਨਵੇਂ ਇੱਕ ਚੰਗੇ ਇੱਕ ਪੜ੍ਹੇ ਲਿਖੇ ਇੱਕ ਡਿਫਰੈਂਟ ਅੰਦਾਜ਼ ਨਾਲ ਉਹਦੇ ਦੂਸਰੇ ਸਾਈਡ 'ਤੇ ਲਿਖ ਦਿੱਤਾ ਉਹਨੇ ਕਿਹਾ ਤੂੰ ਕੀ ਲਿਖਿਆ ਉਹਨੇ ਕਿਹਾ ਜੀ ਫਕੀਰ ਨੂੰ ਕਿਹਾ ਕਿ ਤੂੰ ਲਿਖਿਆ ਸੀ ਮੈਂ ਅੰਨਾ ਵਾਂ ਮੇਰੀ ਮਦਦ ਕਰੋ ਅਤੇ ਮੈਂ ਪਲੇਟ ਦੀ ਦੂਸਰੀ ਜਗ੍ਹਾ ਸਿਰਫ ਇਹ ਲਿਖਿਆ ਵੇ ਕਿ ਅੱਜ ਦਾ ਦਿਨ ਬਹੁਤ ਖੂਬਸੂਰਤ ਹੈ ਤੁਸੀਂ ਕਿੱਡੇ ਖੁਸ਼ ਨਸੀਬ ਹੋ ਕਿ ਤੁਸੀਂ ਵੇਖ ਸਕਦੇ ਹੋ ਮੈਂ ਨਹੀਂ ਵੇਖ ਸਕਦਾ ਅਤੇ ਲੋਕਾਂ ਨੇ ਇਸ ਗੱਲ ਤੋਂ ਹੀ ਉਹਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਸੋਚ ਕੇ ਕਿ ਅਸੀਂ ਕਿੱਡੇ ਖੁਸ਼ ਨਸੀਬ ਹਾਂ ਅਤੇ ਇਹ ਵਿਚਾਰਾ ਕਿੱਡਾ ਬਦਲ ਸੀ।